ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸਾਡਾ ਸਵਾਲ ਹੈਗਾ ਇਫ f ਬੀ ਆ ਫੰਕਸ਼ਨ ਫ੍ਰੋਮ r ਟੂ r ਬੀ ਗਿਵਨ ਬਾਈ fx 3 x³ ਹੋਲ ਰੇਸ ਟੂ ਪਾਵਰ 1 3 ਦੈਨ ਫਾਈਂਡ ਦ ਵੈਲਿਊ ਆਫ f(fx) ਵੇਖ ਲੈਣੇ ਸਾਨੂੰ ਚਾਰ ਆਪਸ਼ਨ ਵੀ ਦਿੱਤੇ ਨੇ x 1 3 x³ x ਤੇ ਚੌਥਾ ਹੈਗਾ 3 x ਦਾ ਹੋਲ ਕਯੂਬ ਵੇਖ ਲੈਣੇ ਸਾਨੂੰ fx ਤੇ ਦਿੱਤਾ ਹੀ ਹੋਇਆ ਇਹਨਾਂ ਨੇ ਤੇ ਸਾਡੇ ਤੋਂ ਪੁੱਛਦਾ ਆਪਿਆ f( fx ਦਾ ਮਾਨ ਕਿੰਨਾ ਹੋ ਵੇਖ ਲੈਣੇ ਆ ਇੱਥੇ ਮੈਂ ਚੱਕ ਕੇ f ਤੇ ਇਸ fx ਦਾ ਮਾਨ ਰੱਖ ਲਿਆ ਪੂਰਾ ਕਿੰਨਾ ਆ 3 x³ ਤੇ ਇਸ ਪੂਰੇ ਦੀ ਪਾਰ ਕਿੰਨੀ ਆ 1 3 ਛਿੰਗਾ ਜੀ ਹੁਣ ਫਿਰ ਤੋਂ ਮੈਂ ਕੀ ਕਰਦਾ ਆਪਣੇ ਇਸ ਫੰਕਸ਼ਨ f ਦੇ ਵਿੱਚ ਜਿਹੜਾ ਕਿ ਇਹ ਆਪਣੇ ਆਪ ਚੈੱਕ ਹੋਦੀ ਹੈਗੇ ਉਹਦੇ ਥਾਂ ਤੇ ਵੈਰੀਏਬਲ x ਦੀ ਥਾਂ ਤੇ ਮੈਂ ਇਹ ਪੂਰਾ ਫੰਕਸ਼ਨ ਰੱਖਤਾ ਕੀ ਮਿਲੂਗਾ 3 x यह जरा एक्सा इतने इस एक्स था था की थान पर मैं की सबस्टिट्यूट करना है पूरी वैल्यू तो पूरी वैल्यू कि एक सैकेंड में माड़ा एक्स गलती लिखोगे इतों यस एगी पूरी वैल्यू थ्री माइनस एक्स क्यूब तो पूरे दावर हैगी अपॉन विच थ्री एस एक्स की वैल्यू सब्यूट सब्तीट हुई इतने तो इस पूरे पावर की पावर कि हजे तेन तो इस पूरे पावर की पावर हजे भी कि उत्ते 1/2 ਚੰਗਾ ਜੀ ਇਹਨੂੰ ਆਪਾਂ ਸੋਲਵ ਕਰਨਾ ਹੈ ਵੇਖੋ ਕਿੰਨਾ ਸੌਖਾ ਸਵਾਲ ਹੈਗਾ ਜੇ ਆਪਾਂ ਪਹਿਲਾਂ ਇਹਨਾਂ ਨੂੰ ਵੇਖਿਆ ਇਹਨੂੰ ਇਸ ਪਾਵਰ ਨੂੰ ਤੇ ਇਸ ਪੂਰੀ ਪਾਵਰ ਨੂੰ ਤੇ ਕਿੰਨਾ ਹੈਗਾ ਹੈ ਨਹੀਂ ਤੁਸੀਂ ਇਹਨੂੰ ਵੇਖੋ ਬੰਦਾ ਇਸ ਪਾਵਰ ਨੂੰ ਵੇਖੋ ਤੇ ਇਸ ਪਾਵਰ ਨੂੰ ਵੇਖੋ ਇਹਨਾਂ ਦੋਵਾਂ ਨੂੰ ਵੇਖਾਂਗੇ ਆਪਾਂ ਤੇ ਪਾਵਰ ਦੀ ਪਾਵਰ ਨੇ ਦੋਵੇਂ ਆਪਸ ਮਲਟੀਪਲਾਈ ਹੋ ਜਾਣਗੀਆਂ ਤੇ ਕਿੰਨਾ ਬਚੂਗਾ ਤਿੰਨ ਨਾਲ ਤਿੰਨ ਕੈਨਸਲ ਹੋ ਜੂਗਾ ਇੱਥੇ ਤੇ ਕੀ ਬਚੂ ਜੂ ਤੜੇ ਕੋਲ ਇੱਥੇ ਐ 3 ਮਾਈਨਸ 2 80 ਪਾਵਰ ਚ ਕੁਝ ਨਹੀਂ ਬਚਿਆ ਹੁਣ ਇਸ ਪੂਰੇ ਬੇਸ ਦੀ ਪਾਵਰ ਚ ਕੁਝ ਵੀ ਨਹੀਂ ਬਚਿਆ ਤੇ ਐਵੇਂ ਦਾ ਐਵੇਂ 3 x³ ਐਵੇਂ ਦਾ ਐਵੇਂ ਤੇ ਇਸ ਪੂਰੇ ਦੀ ਪਾਵਰ ਕਿੰਨੀ ਆ 1 ਦੇ ਵਿੱਚ 3 ਇਹਨੂੰ ਆਪਾਂ ਅੱਗੇ ਸੋਲਵ ਕਰਦੇ ਆ ਤੇ ਪਹਿਲਾਂ ਮੈਂ ਬ੍ਰੈਕਟ ਹਟਾਏ ਤੇ 3 3 ਤੇ ਪਲੱਸ ਵਿੱਚ x³ ਤੇ ਪੂਰੇ ਦੀ ਪਾਵਰ 1 3 ਇੱਥੇ ਨੋਟਿਸ ਕੀਤਾ ਮੈਂ ਪਲੱਸ ਤੇ ਨੈ ਮਾਈਨਸ ਥੇ ਕੈਨਸਲ ਹੋ ਗਿਆ ਤੇ ਕੀ ਬਚ ਗਈ ਤੁਹਾਡੇ ਕੋਲ x³ ਦੀ ਪਾਵਰ 1 3 ਹਨ ਪਾਵਰ ਦੀ ਪਾਵਰ ਆਪੋਸਿਟ ਕੀ ਹੁੰਦੇ ਨੇ ਮਲਟੀਪਲਾਈ ਹੋ ਜਾਂਦੀਆਂ ਨੇ ਤੇ ਤਿੰਨ ਤੋਂ ਤਿੰਨ ਇੱਥੇ ਕੈਨਸਲ ਹੋ ਜਾਊਗਾ ਤੇ ਕੀ ਅਨਸਰ ਬਚੂਗਾ ਤੁਹਾਡੇ ਕੋਲ ਸਿਰਫ x ਆਪਸ਼ਨ ਵਾਈਜ਼ ਵੇਖੀਏ ਤੇ ਕਿੱਥੇ ਆਪਣਾ ਆਪਸ਼ਨ ਐ ਤੀਜਾ ਆਪਸ਼ਨ ਸਾਡਾ ਕਰੈਕਟ ਹੋ ਜਾਊਗਾ ਐ ਚੋਕੋ ਇਹਦਾ ਅਨਸਰ ਹੋ ਜਾਊਗਾ ਧੰਨਵਾਦ